ਅਦਰੈਂਸਾ ਜੀ ਪਕੜ ਹੈ ਨਾ, ਅਦਰੈਂਸਾ ਤੇ ਇੱਕ ਹੁੰਦੀ ਸਪਾਸੀ ਉਹਦੀ ਫਰੇਨਾ ਤੂਆ, ਦੋ ਚੀਜ਼ਾਂ ਹੁੰਦੀ ਨਾ ਦੋਨਾਂ ਦਾ ਆਪਸ 'ਚ, ਕਹਿੰਦੀ ਦੂਜਾ ਵੈਰ ਹੈ, ਉਹ ਨਹੀਂ ਕਹਿਣਾ ਕਿਹੜਾ ਵੈਰ ਹੈ, ਦੋਨੋਂ ਆਪਸ 'ਚ ਉਲਟੇ ਹੁੰਦੇ ਆ, ਸਪਾਸੀ ਉਹਦੀ ਫਰੇਨਾ ਤੂਰਾ ਅਤੇ ਅਦਰੈਂਸਾ, ਜੇ ਅਦਰੈਂਸਾ ਜ਼ਿਆਦਾ ਹੈ ਉਹ ਘੱਟ ਜੂਗੀ ਸਪਾਸੀ, ਜੇ ਅਦਰੈਂਸਾ ਘੱਟ ਹੈ ਸਪਾਸੀ ਵੱਧ ਜੂਗੀ। ਪਕੜ ਹੈ ਅਦਰੈਂਸਾ ਮਤਲਬ ਪਕੜ ਟਾਇਰਾਂ ਦੀ ਅਤੇ ਜ਼ਮੀਨ 'ਚ ਆਪਸ 'ਚ, ਹੈ ਨਾ, ਜੇ ਰੋਡ ਗਿੱਲਾ ਹੈ ਘੱਟ ਜੂਗੀ ਅਦਰੈਂਸਾ, ਸਪਾਸੀ ਵੱਧ ਜੂਗੀ, ਠੀਕ ਹੈ ਨਾ। ਤਾਂ ਇਹ ਗੱਡੀ ਨੂੰ ਮੂਵ ਤਾਂ ਕਰਦਾ, ਗੱਡੀ ਚਲਦੀ ਤਾਂ ਹੈਗੀ ਹੈ, ਮੂਵੀ ਮਿਹਨਤੀ ਕਰਨਾ ਤਾਂ ਅਲਾਊਡ ਕਰਦਾ, ਮੂਵੀ ਮਿਹਨਤੀ ਕਰਨਾ ਅਲਾਊਡ ਕਰਦਾ, ਹੈ ਨਾ। ਅਤੇ ਸਲਿੱਤਾ ਮਿਹਨਤ ਤੋਂ ਤਿਲਕਣ ਦਾ ਵਿਰੋਧ ਕਰਦਾ, ਹੈ ਨਾ, ਤਿਲਕਣ ਨਹੀਂ ਦਿੰਦਾ ਗੱਡੀ ਨੂੰ ਜੇ ਪਕੜ ਹੈਗੀ ਹੈ, ਫੋਰਸ ਆ ਇਹਦੇ ਰਹਿੰਦੇ, ਯਾਨੀ ਕਿ ਜ਼ਿਆਦਾ ਪਕੜ ਜਿਹੜੀ ਹੈ ਉਹ ਤਿਲਕਣ ਦਾ ਵਿਰੋਧ ਕਰਦੀ ਹੈ, ਵਧੀਆ ਤਰੀਕੇ ਨਾਲ ਗੱਡੀ ਚੱਲੂਗੀ, ਜੇ ਘੱਟ ਹੈ ਤਾਂ ਉਹਦੇ ਨਾਲ ਰਿਸਕੀ ਤਿਲਕ ਜੂਗਾ, ਸਲਿੱਤਾ ਮਿਹਨਤ ਹੋਊਗੀ, ਹੈ ਨਾ, ਠੀਕ ਹੈ। ਜਦੋਂ ਆਪਾਂ ਕੂਰਵੇ 'ਤੇ ਹਾਂ, ਮੰਨ ਲਓ ਕੂਰਵੇ 'ਤੇ ਆਪਾਂ ਜਦੋਂ ਤੇਜ਼ ਮੁੜਦੇ ਹਾਂ ਤਾਂ ਇੱਕ ਬਾਹਰ ਨੂੰ ਧੱਕਾ ਵੱਜਦਾ, ਹੈ ਨਾ, ਬਾਹਰ ਨੂੰ ਧੱਕਾ ਵੱਜਦਾ ਨਾ ਇੱਕ, ਉਹਨੂੰ ਕਹਿੰਦੇ ਫੋਰਸਾ ਚੈਂਤਰੀ ਫੂਗਾ, ਉਹਦਾ ਨਾਮ ਹੈ, ਉਹਦੇ ਚੇਤੇ ਕਰਨਾ ਬਸ, ਫੋਰਸਾ ਚੈਂਤਰੀ ਫੂਗਾ ਜਿਹੜਾ ਬਾਹਰ ਨੂੰ ਧੱਕਾ ਮਾਰਦਾ, ਠੀਕ ਹੈ ਨਾ। ਅਤੇ ਜਿਹੜੀ ਅਦਰੈਂਸਾ ਹੈ ਉਹ ਉਹਦਾ ਵਿਰੋਧ ਕਰਦੀ ਹੈ, ਜੇ ਪਕੜ ਹੈ ਤਾਂ ਉਹਦਾ ਵਿਰੋਧ ਕਰਦੀ, ਬਾਹਰ ਨੂੰ ਨਹੀਂ ਆਉਂਦੀ, ਜੇ ਉਹ ਅਦਰੈਂਸਾ ਘੱਟ ਹੋਊਗੀ ਤਾਂ ਉਹ ਬਾਹਰ ਨੂੰ ਧੱਕਾ ਮਾਰ ਕੇ ਲਾਊਗੀ, ਠੀਕ ਹੈ ਨਾ, ਫੋਰਸਾ ਚੈਂਤਰੀ ਫੂਗਾ ਕਰੀ ਜਾਂਦਾ ਤਾਂ ਬਾਹਰ ਨੂੰ ਧੱਕਾ ਮਾਰੂ। ਇਸ ਕਰਕੇ ਆਪਣੀ ਸਪੀਡ ਨੂੰ ਇਸ ਹਿਸਾਬ ਨਾਲ ਸੈੱਟ ਕਰ ਲਓ ਵੀ ਉਹ ਉਹਦਾ ਤੁਸੀਂ ਸਾਹਮਣਾ ਕਰ ਸਕੋ, ਸਹੀ ਹੈ ਨਾ। ਅਤੇ ਜੇ ਵਧੀਆ ਰੋਡ ਤਾਂ ਉਹ ਅਦਰੈਂਸਾ ਜ਼ਿਆਦਾ ਹੋਊਗੀ, ਜੇ ਗੰਦਾ ਰੋਡ ਹੈ ਤਾਂ ਅਦਰੈਂਸਾ ਘੱਟ ਹੋਊਗਾ, ਸਪਾਸੀ ਉਹਦੇ ਵੱਧ ਹੋਊਗੀ। ਉੱਦਾਂ ਵੀ ਇਹ ਉਲਟਣ ਤੋਂ ਵੀ ਬਚਾਉਂਦਾ ਹੈ, ਪਰ ਜੇ ਜ਼ਿਆਦਾ ਹੋਵੇ, ਮੰਨ ਲਓ ਇੱਕ ਮਿੰਟ ਸਲਿੱਤਾ ਮਿੰਟ ਤੋਂ ਵੇਖ ਲਓ, ਤਿਲਕਣ ਤੋਂ ਵਿਰੋਧ ਕਰਦਾ ਨਹੀਂ, ਅਦਰੈਂਸਾ ਜ਼ਿਆਦਾ ਹੋਵੇ, ਪਰ ਇਹਦੇ ਨਾਲ ਕੋਈ ਬ੍ਰੇਕਾਂ ਦੇ ਉੱਪਰ ਤਾਂ ਨਹੀਂ ਗਰਮ ਹੋਣੀਆਂ, ਬ੍ਰੇਕਾਂ ਗਰਮ ਹੋ ਰਹੀ ਜੇ ਜ਼ਿਆਦਾ ਪਕੜ ਹੈ, ਜੇ ਜ਼ਿਆਦਾ ਪਕੜ ਹੋਵੇ ਤਾਂ ਥੋੜ੍ਹਾ ਜਿਹਾ ਤੇਲ ਜ਼ਿਆਦਾ ਖਾਣ ਲੱਗ ਪੈਂਦਾ, ਜ਼ਿਆਦਾ ਪਕੜ, ਜਦੋਂ ਜ਼ਿਆਦਾ ਚੌੜੇ ਟਾਇਰ ਪਾ ਲਈਏ ਪਕੜ ਜ਼ਿਆਦਾ ਬਣ ਗਈ, ਤੇਲ ਥੋੜ੍ਹਾ ਜ਼ਿਆਦਾ ਖਾਓ। ਪਰ ਇਹ ਨਹੀਂ ਵੀ ਜੋ ਅਦਰੈਂਸਾ ਘੱਟ ਹੈ ਤਾਂ ਤੇਲ ਘੱਟ ਖਾਊਗਾ, ਕਸੇ ਟਾਇਰ ਪਾ ਲਈਏ, ਇਹ ਨਹੀਂ ਹੈ। ਚਲੀਏ ਅੱਗੇ ਸਵਾਲ ਕਰੀਏ ਫਿਰ। ਲਾ ਫੋਰਸਾ ਦਰੈਂਤੇ ਜ਼ਿਆਦਾ ਪਕੜ ਡੀ ਮਨੁਸ਼ੇ ਘੱਟ ਜਾਂਦੀ ਹੈ, ਜਿਸ ਤਰ੍ਹਾਂ ਦਾ ਇਸ ਪੋਰਕੋ ਦੀ ਓਜੂ ਘੱਟ ਜੂਗੀ ਨਾ ਪਕੜ। ਫੋਰਸਾ ਦਰੈਂਤੇ ਰਿਜ਼ੂਲਤਾ ਮਜੋਰੇ ਜ਼ਿਆਦਾ ਹੋ ਜਾਂਦੀ ਹੈ, ਰਿਜ਼ੂਲਤਾ ਰਿਜ਼ਲਟ ਹੁੰਦਾ ਜ਼ਿਆਦਾ ਹੋਜੂਗੀ, ਜੇ ਅਸਫਾਲ ਤੋਂ ਇਹ ਅਸ਼ੁਤੋ ਇਹ ਪੁਲੀਤੋ ਜ਼ਿਆਦਾ ਹੋਜੂਗੀ ਨਾ, ਸੌਖਾ ਹੀ ਹੋਣਾ। ਫੋਰਸਾ ਦਰੈਂਤੇ ਓਮੈਂਤਾ ਵੱਧ ਜਾਂਦੀ ਹੈ, ਜੇ ਅਸਫਾਲ ਤੋਂ ਸੜਕ ਐਕੋਪੈਰਤੋ ਦੀ ਜਾਚੋ ਬਰਫ਼ ਪਈ ਹੈ ਤਾਂ ਵੱਧ ਜੂਗੀ, ਵਧੂਗੀ ਥੋੜ੍ਹੀ ਘਟੂਗੀ, ਸਪਾਸੀ ਦੀ ਫਰੇਨਾ ਤੂਰਾ ਵਧੂਗੀ, ਇਹ ਕਹਿੰਦਾ ਵੱਧ ਜੂਗੀ ਜੇ ਬਰਫ਼ ਪਈ ਹੈ, ਵਧੂਗੀ ਨਹੀਂ ਪਕੜ ਘਟੂਗੀ। ਫੋਰਸਾ ਦਰੈਂਤੇ ਪਕੜ ਵੱਧ ਜਾਂਦੀ ਹੈ, ਜੇ ਅਸਫਾਲ ਤੋਂ ਹੈ ਕੋਪੈਰਤੋ ਦੀ ਫੰਗੋ, ਕੋਪੈਰਤੋ ਦੀ ਫੰਗ ਉਲਟਾ ਹੈ, ਜੇ ਚਿੱਕੜ ਹੈਗਾ ਤਾਂ ਪਕੜ ਵੱਧ ਜੂਗੀ, ਕਹਿੰਦਾ ਗੁਰੂ ਭਾਈ ਸਾਹਿਬ। ਫੋਰਸਾ ਦਰੈਂਤੇ ਨੋਨ ਡਿਪੈਂਡ ਡਿਪੈਂਡ ਨਹੀਂ ਕਰਦੀ ਹੈ, ਪ੍ਰਤਸਿਓਨੇ ਦੀ ਪਰਮਾਤਸ਼ੀ ਟਾਇਰਾਂ ਦੇ ਪ੍ਰੈਸ਼ਰ ਉੱਤੇ ਵੀ ਕਰਦੀ, ਬ੍ਰੇਕਾਂ ਦਾ ਵੀ ਕਰਦਾ ਨਾ ਹਵਾ ਦਾ। ਫੋਰਸਾ ਦਰੈਂਤੇ ਵੱਧ ਜਾਂਦੀ ਆ, ਪਕੜ ਵੱਧ ਜਾਂਦੀ ਹੈ,
ਜੇ ਅਸਫਾਲਤੋ ਹੈ ਰੁਗੋਸੋ, ਰੁਗੋਸੋ ਖੁਰਦਰਾ, ਖੁਰਦਰੋ ਰੂਵੀ ਤੋਂ ਵੀ ਖੁਰਦਰਾ ਹੁੰਦਾ ਨਾ, ਜੇ ਖੁਰਦਰਾ ਹੈ ਤਾਂ ਪਕੜ ਵੱਧ ਜੂਗੀ। ਜੇ ਅਸਫਾਲਤੋ ਹੈ ਬਨਿਆਦੋ, ਜੇ ਗਿੱਲਾ ਹੈ ਤਾਂ ਘਟੂਗੀ ਨਾ, ਘੱਟ ਜੂਗੀ, ਠੀਕ ਹੈ। ਜੇ ਅਸਫਾਲਤੋ ਹੈ ਬਨਿਆਦੋ, ਇਹ ਕਹਿੰਦਾ ਉਮੈਂਤਾ ਹੋ ਜੂਗੀ। ਕੁਪੈਰ ਤੋਂ ਉਹਦੀ ਫੋਲੀ ਹੈ ਘਟਣੀ ਚਾਹੀਦੀ ਹੈ ਨਾ, ਪਕੜ ਘਟਣੀ ਚਾਹੀਦੀ ਹੈ, ਇਹ ਕਹਿੰਦਾ ਪਕੜ ਵੱਧ ਜਾਂਦੀ ਹੈ। ਫਾਲਸੋ ਅਸਫਾਲਤੋ ਹੈ ਕੁਪੈਰ ਤੋਂ ਉਹਦੀ ਗੈਚੋ, ਅਦਰੈਂਸਾ ਘੱਟ ਗਈ, ਘੱਟ ਗਈ, ਇਹ ਕਹਿੰਦਾ ਅਦਰੈਂਸਾ ਉਮੈਂਤਾ ਹੋ ਗਈ। ਫਾਲਸੋ ਕੁਪੈਰਤਾ ਦੀ ਫੰਗ ਉਹ ਚਿੱਕੜ ਹੈ, ਪਕੜ ਘਟਣੀ ਚਾਹੀਦੀ ਹੈ, ਇਹ ਕਹਿੰਦਾ ਅਦਰੈਂਸਾ ਵੱਧਦੀ ਆ। ਫਾਲਸੋ ਫੋਰਸਾ ਅਦਰੈਂਤੇ, ਜ਼ਿਆਦਾ ਪਕੜ ਕੰਸੈਂਟੇ ਅਲਾਊਡ ਕਰਦੀ ਹੈ, ਮੂਵੀ ਮਿਹਨਤੀ ਦਲ ਮੂਵ ਤਾਂ ਕਰਦਾ ਨਾ ਗੱਡੀ ਚੱਲਣ, ਹਾਂ ਇਹ ਠੀਕ ਹੈ, ਥੋੜ੍ਹਾ ਉੱਦਾਂ ਹੀ ਹਾਲ, ਮੂਵੀ ਮਿਹਨਤੀ ਅਲਾਊਡ ਕਰਦੀ ਹੈ, ਮੂਵਮੈਂਟ ਕਰਦਾ ਗੱਡੀ। ਫੋਰਸਾ ਅਦਰੈਂਤੇ ਸੀ ਓਪੋਨੇ, ਆਹ ਵਰਡ ਲਿਖੋ, ਓਪੋਨੇ ਵਿਰੋਧ ਕਰਦੀ, ਓਪੋਨੇ ਵਿਰੋਧ ਕਰਨਾ ਲਿਖ ਲਓ। ਓਪੋਨੇ ਇੱਕ ਤਾਂ ਹੁੰਦਾ ਇੰਪੋਨੇ, ਉਹਦਾ ਫੋਰਸ ਕਰ, ਓਪੋਨੇ ਵਿਰੋਧ ਕਰਨਾ, ਇੰਪਦੀਰ ਹੁੰਦਾ ਨਾ ਰੋਕਣਾ, ਨੈਗੇਟਿਵ ਵਰਡ ਹੈ ਦੇਖੋ, ਓਪੋਨੇ ਵੀ ਨੈਗੇਟਿਵ ਵਰਡ ਹੈ, ਵਿਰੋਧ ਕਰਦਾ ਹੈ। ਓਪੋਨੇ ਵਿਰੋਧ ਕਰਦਾ, ਠੀਕ ਹੈ, ਵਿਰੋਧ ਕਰਦਾ। ਇੱਕ ਹੁੰਦੀ ਸਲਿਤਾ ਮੈਨ ਤੋਂ, ਇੱਕ ਹੁੰਦਾ ਰਿਵਲਤਾ ਮੈਨ ਤੋਂ, ਸਲਿਤਾ ਮੈਨ ਤੋਂ ਤਿਲਕਣਾ, ਰਿਵਲਤਾ ਮੈਨ ਤੋਂ ਉਲਟਣਾ, ਹੈ ਨਾ, ਉਲਟਣਾ। ਹੁਣ ਮੰਨ ਲਓ ਜੇ ਜੇ ਤਾਂ ਪਕੜ ਘੱਟ ਹੈ ਤਾਂ ਗੱਡੀ ਰੋਡ ਦੇ ਉੱਪਰ ਜਿੱਦਾਂ ਕੂਰਵੇ ਦੇ ਉੱਪਰ ਤਿਲਕ ਕੇ ਬਾਹਰ ਨੂੰ ਚੱਲ ਜੂਗੀ, ਪਰ ਜੇ ਪਕੜ ਜ਼ਿਆਦਾ ਹੈ ਫਿਰ ਕੀ ਹੋਊਗਾ, ਫਿਰ ਉਲਟ ਜੂਗੀ, ਉਹ ਫਿਰ ਤਿਲਕਣੀ ਤਾਂ ਹੈ ਨਹੀਂ ਗੀ, ਜੇ ਸਪੀਡ ਜ਼ਿਆਦਾ ਹੈ ਤਾਂ ਜੇ ਤਿਲਕੂਗੀ ਨਹੀਂ ਫਿਰ ਉਲਟੂਗੀ। ਕੋਈ ਗੱਲ ਨਹੀਂ, ਫੋਰਸਾ ਦਰੰਤੇ ਵਿਰੋਧ ਕਰਦਾ ਹੈ ਸਲਿਤਾ ਮਿੰਤੋ ਦਾ, ਤਿਲਕਣ ਦਾ, ਵਿਰਸੋ ਇਸਤੈਰਨੋ ਬਾਹਰ ਵੱਲ ਨੂੰ, ਬਾਹਰ ਦੈਨ ਲਾਕੂ ਬਾਹਰ ਵੱਲ ਨੂੰ ਤਿਲਕਣ ਦਾ ਵਿਰੋਧ ਕਰਦਾ ਹੈ, ਜ਼ਿਆਦਾ ਪਕੜ ਵਿਰੋਧ ਕਰਦੀ ਹੈ ਨਾ, ਤਿਲਕਣ ਦਾ ਵਿਰੋਧ ਕਰਦੀ ਹੈ। ਤਾਂ ਜੇ ਪਕੜ ਜ਼ਿਆਦਾ ਹੈ ਤਾਂ ਜਿੱਦਾਂ ਅਸੀਂ ਚਾਹੁੰਦੇ ਉੱਦਾਂ ਗੱਡੀ ਚੱਲੂਗੀ, ਜੇ ਪਕੜ ਘੱਟ ਹੈ ਤਾਂ ਉਹ ਜਿੱਦਾਂ ਹੋਰ ਆਪਣੀ ਬਣ ਜਾਂਦੀ। ਤਾਂ ਫੋਰਸਾ ਅਦਰੈਂਤੇ ਜ਼ਿਆਦਾ ਪਕੜ ਕੰਸੈਂਟੇ ਅਲਵੀਹਲੋ, ਗੱਡੀ ਨੂੰ ਅਲਾਊਡ ਕਰਦਾ, ਪਰਕੋਰੇ ਤੈਅ ਕਰਨਾ, ਟ੍ਰੈਟੋਰੀਆ ਏਰੀਆ ਵਲੂਤਾ, ਜਿਹੜੇ ਅਸੀਂ ਚਾਹੁੰਦੇ ਤਾਂ ਜਿਹੜਾ ਅਸੀਂ ਚਾਹੁੰਦੇ ਹਾਂ ਉਸ 'ਚ ਗੱਡੀ ਪਰਕੋਰੇ ਕਰੂਗੀ, ਉਹਨੂੰ ਅਲਾਊਡ ਕਰਦਾ, ਸਹੀ ਹੈ ਨਾ, ਫੋਰਸੇ ਦੰਤ, ਠੀਕ ਹੈ। ਫਿਰ ਫੋਰਸਾ ਦੰਤ ਸੀ ਓਪੋਨੇ ਵਿਰੋਧ ਕਰਦਾ ਸਲਿਤਾ ਮੈਂਤੋ ਦੀ ਪਨਿਮਾਤੀਕੋ, ਟਾਇਰ ਦਾ ਤਿਲਕਣਾ, ਸੁਲ ਅਸਫਾਲਤੋ, ਸੜਕ ਦੇ ਉੱਪਰ ਵਿਰੋਧ ਕਰਦਾ ਨਾ ਤਿਲਕਣ ਦਾ ਫੋਰਸਾ ਦੰਤ। ਫਿਰ ਫੋਰਸਾ ਦਰੰਤੇ ਨੋਨ ਸੀ ਓਪੋਨੇ ਵਿਰੋਧ ਨਹੀਂ ਕਰਦਾ ਹੈ ਸਲਿਤਾ ਮੈਂਤੋ ਤਿਲਕਣ ਦਾ, ਕਾਊਜ਼ਾਤੋ ਪੈਦਾ ਹੋਇਆ ਕਿਹਦੇ ਕਾਰਨ, ਦਲ ਵੈਂਤੋ ਲੱਤਰਾਂ ਦੀ ਸੈਡ ਵਾਲੀ ਹਵਾ ਦੇ ਨਾਲ, ਤਾਂ ਕਹਿੰਦਾ ਵਿਰੋਧ ਨਹੀਂ ਕਰਦਾ ਤਿਲਕਣ ਦਾ, ਵਿਰੋਧ ਕਹਿੰਦਾ ਨਹੀਂ ਕਰਦਾ, ਕਰਦਾ ਨਹੀਂ, ਜੇ ਤੇਜ਼ ਹਵਾ ਚੱਲਦੀ ਪਕੜ ਹੈ ਨਹੀਂ ਗੀ ਫਿਰ ਤਿਲਕ ਜੂਗਾ, ਪਕੜ ਹੈਗੀ ਆ ਫਿਰ ਵਿਰੋਧ ਕਰੂਗਾ, ਇਹ ਕਹਿੰਦਾ ਵਿਰੋਧ ਨਹੀਂ ਕਰਦਾ। ਫਲਸੋ ਨਾ ਫੋਰਸਾ ਅਦਰੈਂਤੇ, ਜੇ ਐਚ ਐਸ ਸੀ ਵਾ, ਐਚ ਐਸ ਸੀ ਵਾ ਜ਼ਿਆਦਾ, ਕਿੰਨੀ ਵਾਰ ਵਰਡ ਆ ਨਾ ਐਚ ਐਸ ਸੀ ਦਾ, ਐਚ ਐਸ ਸੀ ਵਾ ਰਿਸਕਲ ਦਾ ਮੈਨ ਤੋਂ, ਹੈ ਨਾ, ਐਚ ਐਸ ਸੀ ਵਾ ਹਜ਼ੂਰਾ, ਐਚ ਐਸ ਸੀ ਵਾ ਜ਼ਿਆਦਾ ਘਸਾਈ, ਜ਼ਿਆਦਾ ਗਰਮ ਲਿਖ ਲਓ, ਲਿਖਣਾ ਐਚ ਐਸ ਸੀ ਵਾ, ਪਰ ਚੇਤੇ ਤਾਂ ਵਧੀਆ ਗੱਲ, ਐਚ ਐਸ ਸੀ ਵਾ ਐਕਸੈਸ, ਐਚ ਐਸ ਸੀ ਵਾ ਐਲੀਮੈਂਟਸੋਨੇ ਕੰਪਰੋਮੇਸਾ ਨੈਲਾ ਫਗੋਲਤਾ ਦੀ ਗਵੀ ਦਾ। ਫੋਰਸਾ ਦਰੈਂਤੇ ਜੇ ਜ਼ਿਆਦਾ ਹੋਵੇ, ਜੇ ਜ਼ਿਆਦਾ ਹੋਵੇ ਕੰਪੋਰਤਾ ਸ਼ਾਮਿਲ ਕਰਦਾ ਹੈ, ਸੁਰਿਸ ਕਲ ਦਾ ਮਿਹਨਤ ਉਹਦੀ ਫਰੇਨੀ, ਬ੍ਰੇਕਾਂ ਗਰਮ ਹੋ ਜੂਗੀ, ਬ੍ਰੇਕਾਂ ਤਾਂ ਸਿਰਫ ਬ੍ਰੇਕਾਂ ਮਾਰਨ ਦੇ ਨਾਲ ਗਰਮ ਹੋਊਗੀ, ਜੇ ਪਕੜ ਜ਼ਿਆਦਾ ਤਾਂ ਤੇਲ ਜ਼ਿਆਦਾ ਕਹੂੰਗਾ, ਬ੍ਰੇਕਾਂ ਨੂੰ ਥੋੜ੍ਹੀ ਲਿੰਕ ਕਰੂੰਗਾ।
ਫਾਲਸੋ ਹੁਣ ਆ ਗਿਆ ਕੋਫੀਸ਼ੈਂਤੇ ਦੀ ਅਦਰੈਂਸਾ ਬਸ ਕੋਫੀਸ਼ੈਂਤੇ ਹੋਗਾ ਪ੍ਰਭਾਵ ਕਹਿ ਦਿੰਦੇ ਹਾਂ ਕੋਫੀਸ਼ੈਂਤੇ ਦੀ ਅਦਰੈਂਸਾ ਬਸ ਘੱਟ ਪਕੜਦੇ ਪ੍ਰਭਾਵ ਦੇ ਕੋਫੀਸ਼ੈਂਤੇ ਭੁੱਲ ਗਿਆ ਮੈਨੂੰ ਕੋਫੀਸ਼ੈਂਤੇ ਕੀ ਹੁੰਦਾ ਠੀਕ ਹੈ ਨਾ ਉਹਦਾ ਪ੍ਰਭਾਵ ਕੀ ਹੈ ਉਹਦੇ ਕੀ ਫੈਕਟਰ ਹੈ ਹੈ ਨਾ ਕੋਫੀਸ਼ੈਂਟ ਦੀ ਅਦਰੈਂਸ ਬਸ ਜੇ ਕਹਿੰਦਾ ਘੱਟ ਹੈ ਜੋ ਪਕੜ ਘੱਟ ਹੋਵੇ ਤਾਂ ਕੀ ਅਗਲੇ ਟਾਇਰ ਜਿਹੜੇ ਰੋਤੇ ਮੋਤਰਿਸ਼ੀ ਹੁੰਦੇ ਨਾ ਅੱਗੇ ਅਗਲੇ ਟਾਇਰਾਂ 'ਚ ਵੀ ਹੋ ਸਕਦੇ ਪਿਛਲੇ ਪਾਸੇ ਤਾਂ ਉਹ ਸਲਿੱਪ ਕਰੀ ਜਾਊਗੇ ਬਰਫ਼ ਦੇ ਉੱਪਰ ਸਲਿੱਪ ਕਰੀ ਜਾਊਗੇ ਹੈ ਨਾ ਜੋ ਘੱਟ ਹੈ ਪਕੜ ਮਤਲਬ ਟਾਇਰ ਘੁੰਮੀ ਜਾਊਗਾ ਨਾ ਤਾਂ ਉਹਨੂੰ ਕਹਿੰਦੇ ਪੱਤੀ ਨਾਰੇ ਸਲਿੱਪ ਤਾਰੇ ਤਿਲਕੀ ਜਾਊਗਾ ਹੈ ਨਾ ਜਿੱਦਾਂ ਜਿਹੜੇ ਗੁੱਡੀਆਂ ਹੈ ਨਹੀਂ ਖਤਮ ਹੈਗੀਆਂ ਰੇਤੇ ਵਿੱਚ ਜਾਂ ਕਿਤੇ ਵੀ ਖੁੱਭ ਗਏ ਤੁਸੀਂ ਤਾਂ ਫਿਰ ਉਹ ਇੱਦਾਂ ਹੀ ਘੁੰਮੀ ਜਾਣੀ ਤਾਂ ਫਿਰ ਕੀ ਕਰਨਾ ਪਊਗਾ ਥੱਲੇ ਕੋਈ ਤਪੇਤੀ ਕੋਈ ਲੱਕੜੀ ਇੱਦਾਂ ਕੋਈ ਰੱਖ ਦਿਉ ਜਿਹਦੇ ਨਾਲ ਉਹ ਬਾਹਰ ਉਹ ਦਰਿੰਸਾ ਜੀ ਅਤੇ ਵਾਪਸ ਆ ਤਾਂ ਬਸ ਉਹੀ ਹੈ ਅਤੇ ਹੋਰ ਕੀ ਹੋਊਗਾ ਜਦੋਂ ਤੁਸੀਂ ਅਚਾਨਕ ਕੋਈ ਬਰੂਸ਼ਕਾ ਫਿਰ ਨਾਤਾ ਜਾਂ ਬਰੂਸ਼ਕਾ ਕੁਛ ਵੀ ਕਰਦੇ ਆ ਉਹ ਖਤਰਨਾਕ ਹੋਊਗਾ ਤਿਲਕ ਜੂਗੀ ਨਾ ਗੱਡੀ ਇਹ ਨਹੀਂ ਵੀ ਜੋ ਘੱਟ ਹੈ ਤਾਂ ਤੇਲ ਘੱਟ ਖਾਊਗੀ ਉਹ ਫਾਲਸੋ ਸੇ ਕੋਫੀਸ਼ੈਂਤੇ ਦੀ ਅਦਰੈਂਸਾ ਦੀ ਮਨੁਸ਼ੇ ਪ੍ਰਭਾਵ ਹੀ ਕਹਿੰਦੇ ਆਪਾਂ ਠੀਕ ਹੈ ਨਾ ਜੇ ਉਹਦਾ ਪ੍ਰਭਾਵ ਜਿਹੜਾ ਹੈਗਾ ਦੀ ਮਨੁਸ਼ੇ ਘੱਟ ਜਾਂਦਾ ਮਤਲਬ ਪਕੜ ਘੱਟ ਜਾਂਦੀ ਹੈ ਸਮਝ ਗਿਆ ਨਾ ਜੇ ਕੋਫੀਸ਼ੈਂਤੇ ਅਦਰੈਂਸਾ ਯਾਨੀ ਕਿ ਅਦਰੈਂਸਾ ਘੱਟ ਜਾਂਦੀ ਹੈ ਰੋਤੇ ਮੋਤਰੀਸ਼ੀ ਜਿਹੜੇ ਜਿਹ 'ਚ ਮੋਟਰ ਜਿੱਦਾਂ ਚੱਲਦੇ ਜਿਹੜੇ ਪੁਤਰੇਬੇ ਸਕਦੇ ਆ ਪੱਤੀ ਨਾਰੇ ਸਲਿੱਪ ਤਾਰੇ ਇੱਕੋ ਟੈ ਜਗ੍ਹਾ 'ਤੇ ਘੁੰਮੀ ਜਾਣਾ ਸਲਿੱਪ ਕਰਨਾ ਪੱਤੀ ਨਾਰੇ ਸਲਿੱਪ ਕਰਨਾ ਸਲਿੱਪ ਤਾਰੇ ਵੀ ਕਰੂਗੇ ਨਾ ਇਹ ਧਿਆਨ 'ਚ ਕਰਨਾ ਵੀ ਉਹ ਗੱਡੀ ਖੁੱਭ ਗਈ ਆ ਅਤੇ ਉਹ ਟਾਇਰ ਘੁੰਮੀ ਜਾਂਦੇ ਇੱਕ ਥਾਂ 'ਤੇ ਜਦੋਂ ਘੱਟ ਹੈ ਤਾਂ ਉਹ ਹੋ ਸਕਦਾ ਨਾ ਇਹ ਪੁਤਰੇਬੇ ਪੱਤੀ ਨਾਰੇ ਸਲਿੱਪ ਕਰਨਾ ਜੇ ਕੋਫੀਸ਼ੈਂਟ ਦੀ ਅਦਰੈਂਸਾ ਘੱਟਦੀ ਹੈ ਨਾ ਜੇ ਉਹ ਘੱਟ ਜਾਂਦਾ ਤਾਂ ਸਪਾਸੀਓ ਦੀ ਫਿਰਨਾ ਤੂਰਾ ਵੱਧ ਜਾਂਦਾ ਇਹ ਤਾਂ ਆਪਣਾ ਪਤਾ ਹੀ ਉਲਟਾ ਹੈ ਨਾ ਜੋ ਘੱਟ ਗਈ ਤਾਂ ਸਪਾਸੀ ਵਧੂਗੀ ਇਹਦਾ ਆਪਸ ਉਲਟਾ ਹੈ ਜੇ ਕੋਫੀਸ਼ੈਂਟੀ ਦੀ ਅਦਰੈਂਸਾ ਹੈ ਬਾਸੋ ਜੋ ਘੱਟ ਹੈ ਪਕੜ ਘੱਟ ਹੈ ਤਾਂ ਬਿਜ਼ੋਨੀਆ ਜ਼ਰੂਰੀ ਹੈ ਐਡੀ ਦੂਰੇ ਲੱਗ ਜਾਓ ਸਪੀਡ ਹੌਲੀ ਕਰ ਲਓ ਸਹੀ ਹੈ ਨਾ ਜੇ ਕੋਫੀਸ਼ੈਂਟੀ ਦੀ ਅਦਰੈਂਸਾ ਦੀ ਮਨੁਸ਼ ਘੱਟ ਹੈ ਤਾਂ ਸਪਾਸੀ ਦੀ ਫਿਰਨਾ ਤੂਰਾ ਵੀ ਘੱਟ ਜੂਗੀ ਕਹਿੰਦਾ ਵੱਧ ਜਾਊਗੀ ਸਪਾਸੀ ਉਹ ਵੀ ਰਦੂਸ਼ੇ ਕਹਿੰਦਾ ਜੇ ਕੋਫੀਸ਼ੈਂਟ ਦੀ ਅਦਰੈਂਸਾ ਹੈ ਬਸ ਉਹ ਘੱਟ ਹੈ ਬਿਜ਼ੋਨੀਆ ਐਡੀ ਦੂਰੇ ਲੱਗ ਲਓ ਤਾਂ ਇਹ ਵੀ ਠੀਕ ਹੈ ਸੋਲੋ ਇਨਕੂਰਵਾ ਨਹੀਂ ਮਿਸ਼ੇਗਾ ਕੋਫੀਸ਼ੈਂਟ ਦੀ ਅਦਰੈਂਸਾ ਬਸ ਉਹ ਘੱਟ ਹੈ ਜੀ ਇਹ ਸਵਾਲ ਥੋੜ੍ਹਾ ਯਾਦ ਕਰਨਾ ਪੈਣਾ ਲੀਮਿਟ ਅਲਾ ਵਲੋਚਿਤਾ ਘੱਟ ਕਰ ਦਿਓ ਸਪੀਡ ਨੂੰ ਅਲਾ ਕਵਾਲੇ ਜਿਹਦੇ ਉੱਪਰ ਇਹ ਪੋਸੀਬਲੇ ਪਰਕੋਰੇ ਉਹਨਾਂ ਕੋਰਵਾ ਇਨਸਿਕਿਉਰਿਸ ਠੀਕ ਹੈ ਨਾ ਤਾਂ ਉਹ ਲੀਮਿਟ ਕਰਦਾ ਕੰਟਰੋਲ ਕਰ ਦਿੰਦਾ ਸਪੀਡ 'ਤੇ ਵੀ ਜੇ ਪਕੜ ਬਹੁਤ ਘੱਟ ਹੈ ਤੁਸੀਂ ਹੌਲੀ ਸਪੀਡ 'ਤੇ ਕਰ ਲਓ ਕਰ ਸਕਦੇ ਨਾ ਜਿਹਦੇ ਉੱਪਰ ਤੁਸੀਂ ਸਿਕਿਉਰਿਟੀ ਨਾ ਕਰ ਸਕਦੇ ਉਸ 'ਤੇ ਲਿਮਿਟਡ ਕਰ ਦਿੰਦਾ ਸਾਨੂੰ ਬੰਨ ਦਿੰਦਾ ਲਿਮਿਟਡ ਇਹ ਨਾ ਇੱਦਾਂ ਹੀ ਸੁਣ ਯਾਦ ਕਰ ਲਿਓ ਸਵਾਲ ਜਿਹਦੇ ਉੱਪਰ ਤੁਸੀਂ ਸਿਕਿਉਰਿਟੀ ਨਾ ਕਰ ਸਕਦੇ ਉਹ ਲਿਮਿਟ ਕਰ ਲਓ ਇਹ ਕੋਫੀਸ਼ੈਂਟ ਦੇ ਅੰਦਰ ਬਸ ਜੇ ਘੱਟ ਹੈ ਫਾਵੋਰੀਸ਼ੇ ਮਤ ਫੈਵਰ ਕਰਨਾ
ਉਪੋਨੇ ਵਿਰੋਧ ਕਰਨਾ, ਫਵਰਿਸ਼ ਮਤੂ ਕਰਨਾ, ਅਲ ਸਲਿਤਾ ਮੈਨ ਤੋਂ ਕੂਰਵਾ, ਜੇ ਘੱਟ ਹੈ ਬਸ ਫਿਰ ਤਾਂ ਮਦਦ ਹੀ ਕਰੂਗੀ, ਤਿਲਕਣ 'ਚ ਮਦਦ ਕਰੂਗੀ ਨਾ, ਮਦਦ ਕਰੂਗੀ ਸਹੀ ਹੈ, ਜੇ ਘੱਟ ਹੈ, ਜੇ ਜ਼ਿਆਦਾ ਹੈ ਫਿਰ ਉਹ ਵਿਰੋਧ ਕਰੂਗੀ ਤਿਲਕਣ। ਆ ਗਿਆ ਸਾਰਾ ਸਮਝ ਨਾ, ਕੋਫੀਸ਼ੀਐਂਟ ਦੇ ਦਿਆ ਸਾ ਬਸ ਉਹ ਘੱਟ ਹੈ, ਘੱਟ ਹੈ ਤਾਂ ਉਮੈਂਤਾ ਲਓ ਸਪਾਸੀਓ ਦੀ ਫਰੇਨਾ ਦੂਰਾ, ਸਪਾਸੀਓ ਵੱਧ ਜੂਗੀ ਉਲਟਾ ਹੈ ਦੋਨਾਂ ਦਾ ਵੱਧ ਜੂਗੀ ਕਿਉਂਕਿ ਘੱਟ ਹੈ। ਹਾਂ ਠੀਕ ਹੈ, ਅਦਰੈਂਸਾ ਬਸੋ ਕੋਫੀਸ਼ੀਐਂਟ ਦੇ ਰੈਂਸਾ ਬਸੋ ਪਕੜ ਘੱਟ ਹੈ, ਰਹਿੰਦੇ ਰਹਿੰਦਾ ਹੈ ਪੈਰੀਕਲੋਜ਼ੇ ਲਏ ਫਰਨਾਤੇ ਬਰੂਸ਼ਕੇ, ਫਰਨਾਤੇ ਬਰੂਸ਼ਕੇ ਖਤਰਨਾਕ ਹੋ ਜੂ। ਕੋਫੀਸ਼ੀਐਂਟ ਦੇ ਰੈਂਸਾ ਬਸੋ ਨੋਨ ਕੰਡੀਸ਼ਨਾ, ਕੰਡੀਸ਼ਨ ਨਹੀਂ ਲੱਗਦੀ ਜਾਂ ਪ੍ਰਭਾਵ ਨਹੀਂ ਪੈਂਦਾ ਹੈ, ਲਾ ਵਿਲੋਚਿਤਾ ਦੈਲ ਵਹੀਕਲ, ਸਪੀਡ ਗੱਡੀ ਦੀ ਸਪੀਡ ਦਾ ਨੋਨ ਕੰਡੀਸ਼ਨਾ ਪ੍ਰਭਾਵ ਨਹੀਂ ਪੈਂਦਾ ਪਕੜ ਦੇ ਉੱਪਰ, ਪੈਂਦਾ ਹੈ ਨਾ ਸਪੀਡ ਦਾ ਤਾਂ ਬਹੁਤ ਫਰਕ ਪੈਂਦਾ, ਕਹਿੰਦਾ ਨਹੀਂ ਨੋਨ ਕੰਡੀਸ਼ਨ ਕਹਿੰਦਾ ਪ੍ਰਭਾਵ ਨਹੀਂ ਪੈਂਦਾ ਕਾਲ 'ਚ। ਕੋਫੀਸ਼ੀਐਂਟ ਦੇ ਰੈਂਸਾ ਬਸੋ ਜੇ ਘੱਟ ਹੈ, ਜੇ ਘੱਟ ਹੈ ਨਾ ਉਹ ਤਾਂ ਰਿਦੂਸ਼ੇ ਹੋ ਜਾਂਦੀ ਹੈ ਸਪਾਸੀਓ ਦੀ ਫਰੇਨਾ ਦੌਰਾ, ਵੱਧ ਜਾਂਦੀ ਉਲਟਾ ਹੈ ਕਾਲ 'ਚ। ਕੋਫੀਸ਼ੀਐਂਟ ਦੇ ਰੈਂਸਾ ਬਸੋ ਘੱਟ ਹੈ ਜੇ ਉਹ ਤਾਂ ਡੀਮਿਨਿਊਸ਼ੇ ਘੱਟ ਜਾਂਦਾ ਹੈ ਕੰਜ਼ੂਮੀ ਦੀ ਕਾਰਬੋਰਨ 'ਤੇ, ਤੇਲ ਦੀ ਖਪਤ ਘੱਟ ਜੂਗੀ ਜੇ ਪਕੜ ਘੱਟ ਹੈ ਤਾਂ, ਫਲ 'ਚ ਇਹ ਨਹੀਂ ਹੈ ਨਾ। ਕੋਫੀਸ਼ੀਐਂਟ ਦਾ ਬਸੋ ਜੇ ਪਕੜ ਘੱਟ ਹੈ, ਰਿਦੂਸ਼ੇ ਘੱਟ ਜਾਂਦਾ ਹੈ ਸਲਿਤਾ ਮੈਨ ਤੋਂ ਕੂਰਗਾ, ਜੇ ਪਕੜ ਘੱਟ ਹੈ ਤਾਂ ਤਿਲਕਣਾ ਘੱਟ ਜੂਗਾ, ਨਹੀਂ ਤਿਲਕਣਾ ਵੱਧ ਜੂਗਾ ਕੂਰ ਵਿੱਚ, ਹੈ ਨਾ ਉਲਟਾ ਹੈਗਾ ਤਾਂ 916। ਅਦਰੈਂਸਾ ਦੀ ਵੀਕਲੀ ਆ ਦੂਏ ਰੋਡ 'ਤੇ, ਹੈ ਨਾ ਦੋ ਰੋਡ 'ਤੇ ਉਹਨੂੰ ਜ਼ਿਆਦਾ ਮੁਸ਼ਕਲ ਹੈ ਮੋਟਰਸਾਈਕਲਾਂ ਨੂੰ ਜੇ ਪਕੜ ਘੱਟ ਹੋਵੇ ਤਾਂ, ਖਾਸ ਕਰਕੇ ਜਦੋਂ ਉਹ ਜਿਹੜੇ ਹੁੰਦੇ ਨੇ ਚਿੱਟੀਆਂ ਲੈਣਾ ਜਿੱਦਾਂ ਉਹ ਅਤਰਾਵਸਾ ਮਿੰਟ ਬਦਨਾ ਲਿਆ ਰੰਗ ਕੀਤਾ ਹੁੰਦਾ, ਤਾਂ ਉਹਨਾਂ ਉੱਪਰ ਜ਼ਿਆਦਾ ਰਿਸਕੀ ਹੈ ਕਿਉਂਕਿ ਉੱਥੇ ਪਕੜ ਘੱਟ ਹੁੰਦੀ ਹੈ, ਖਾਸ ਕਰਕੇ ਜਦੋਂ ਮੀਂਹ ਪਿਆ ਹੋਇਆ। ਉਸ ਤੋਂ ਇਲਾਵਾ ਜਿਹੜੇ ਬਿਨਾਰੀਓ ਦਲ ਟਰਾਮ, ਬਿਨਾਰੀਓ ਦੇ ਤ੍ਰੇਨਾਂ ਹੈ ਜਾਂ ਜਿਹੜੇ ਤੰਬੀਨੀ ਹੈ ਢੱਕਣ ਹੈ ਲੋਹੇ ਦੇ ਉੱਪਰ ਸੜਕ ਦੇ ਪਏ ਹੋਏ, ਉਹਨਾਂ ਉੱਪਰ ਖਾਸ ਕਰਕੇ ਉੱਥੇ ਪਕੜ ਹੋਰ ਘੱਟ ਜਾਣੀ ਜਦੋਂ ਖਾਸ ਕਰਕੇ ਮੀਂਹ ਪਿਆ, ਤਾਂ ਉਹ ਬਹੁਤ ਧਿਆਨ ਰੱਖਣਾ ਪਊਗਾ, ਹੈ ਨਾ ਬਸ ਪਕੜ ਘੱਟ ਜਾਂਦੀ ਹੈ ਠੀਕ ਹੈ ਨਾ। ਹਾਂ ਜੇ ਪੇਜ਼ੋ ਜ਼ਿਆਦਾ ਹੈ ਤਾਂ ਪਕੜ ਵੱਧ ਜੂਗੀ, ਫਿਰ ਵਧੀਆ ਨਾ ਗੱਡੀ ਮੋਟਰਸਾਈਕਲ ਦੇ ਉੱਪਰ ਪੇਜ਼ੋ ਜ਼ਿਆਦਾ ਹੈ ਜੀ ਸਵਾਰੀ ਹੈਗੀ, ਜੇ ਪੇਜ਼ੋ ਘੱਟ ਹੈ ਫਿਰ ਪਕੜ ਘੱਟ ਜਾਣਾ, ਇਹ ਵੀ ਸਵਾਲ ਆਊਗਾ। ਕੀ ਕੰਦੂਸ਼ੇ ਉਹਨੂੰ ਮੋਤੋ ਚੀਕ, ਜਿਹੜਾ ਡਰਾਈਵ ਕਰਦਾ ਮੋਟਰਸਾਈਕਲ ਦੀ, ਦੇਵੇ ਕੰਸੀਦਰਾਰੇ ਧਿਆਨ 'ਚ ਕਰ ਲਵੇ, ਕੇਲਾ ਅਦਰੈਂਸਾ ਦੀ ਮਨੁਸ਼ੇ ਘੱਟ ਜਾਂਦੀ ਹੈ ਸੁਲ ਰੋਤਾਈਏ ਸਪੈਸ਼ਲੀ ਤਿੰਨ ਕਾਜੋ ਦੀ, ਹੈ ਨਾ ਰੋਤਾਈਏ ਦੀ ਪਟੜੀ ਪਰ ਘੱਟ ਜਾਂਦੀ ਹੈ, ਧਿਆਨ 'ਚ ਕਰਨਾ ਨਾ ਇਹ। ਕੀ ਕੰਦੂਸ਼ੇ ਨੂੰ ਮੋਤੋ ਚੀਕ ਲਓ, ਦੇਵੇ ਕੰਸੀਦਰਾਰੇ ਕੇਲਾ ਅਦਰੈਂਸਾ ਘੱਟ ਜਾਂਦੀ ਹੈ ਸੁਲੇ ਸਤਰੀਸ਼ੇ ਦਲਾ ਸਿਨੇ ਲੈਤਿਕਾ ਹੋ ਜਾਂਦਾ ਹੈ ਤਿੰਨ ਕਾਜੋ ਦੀ, ਨਿਸ਼ਾਨੇ ਦੇ ਉੱਪਰ ਵੀ ਘੱਟ ਜਾਂਦੀ ਹੈ। ਕੀ ਕੰਦੂਸ਼ੇ ਨੂੰ ਮੋਤੋ ਚੀਕ ਲਓ, ਦੇਵੇ ਕੰਸੀਦਰਾਰੇ ਕਿ ਅਦਰੈਂਸਾ ਨੋਨ ਡਿਪੈਂਡੇ ਡਿਪੈਂਡ ਨਹੀਂ ਕਰਦੀ ਹੈ, ਧਿਆਨ 'ਚ ਕਰ ਲਵੇ ਕਹਿੰਦਾ ਅਦਰੈਂਸਾ ਡਿਪੈਂਡ ਨਹੀਂ ਕਰਦੀ ਹੈ ਟੀਪੋ ਦੀ ਪਾਵੀ ਮੈਂਸੀਓਨੇ ਇਸ ਤਰ੍ਹਾਂ ਦਾ, ਫਰਸ਼ ਦੇ ਸੜਕ ਦੇ ਫਰਸ਼ ਦੇ ਉੱਪਰ ਡਿਪੈਂਡ ਨਹੀਂ ਕਰਦੀ, ਡਿਪੈਂਡ ਕਰਦੀ ਹੈ ਸੁੱਕਾ ਗਿੱਲਾ ਕਿੱਦਾਂ ਦਾ ਡਿਪੈਂਡ ਕਰਦੀ, ਇਹ ਕਹਿੰਦਾ ਧਿਆਨ 'ਚ ਕਰ ਲਵੇ ਕਿ ਡਿਪੈਂਡ ਨਹੀਂ ਕਰਦੀ ਹੈ ਫਾਲਸ। ਡਰਾਈਵਰ ਦੇਵੇ ਕੰਸੀਦਰਾਰੇ ਕਿ ਅਦਰੈਂਸਾ ਘੱਟ ਜਾਂਦੀ ਹੈ ਜਦੋਂ ਟਰਾਂਸਪੋਰਟ ਤੁਹਾਨੂੰ ਪਸਲੀ ਹੈ, ਜਦੋਂ ਸਪਾਰੀ ਲੱਗੇ ਨੇ ਤਾਂ ਘੱਟ ਨਹੀਂ, ਪੇਜ਼ੋ ਨਾਲ ਤਾਂ ਵਧਣੀ ਚਾਹੀਦੀ ਹੈ ਤਾਂ ਉਹਨੂੰ ਘੱਟ ਜਾਂਦੀ ਹੈ। ਜਿੱਦਾਂ ਕੋਈ ਪਿੱਛੇ ਬੈਠਾ ਹੋਵੇ ਉਹਦੀ ਗੱਲ ਕਰਦਾ ਜੀ, ਹਾਂਜੀ ਪੈਸੇਂਜਰ ਸਵਾਰੀ ਦੇ ਨਾਲ ਤਾਂ ਵਧੂਗੀ ਪਕੜ, ਹਾਂ ਤੇਲ ਜ਼ਿਆਦਾ ਪਾਊਗਾ ਇਹ ਗੱਲ। ਰੀਬਾਲਤਾ ਮੈਂਤੋ ਦੀ ਵੀਕਲ ਉਲਟਣਾ, ਉਲਟਣਾ ਹੈ ਨਾ ਗੱਡੀ ਦਾ ਉਲਟਣਾ, ਇਹਦੇ ਵਿੱਚ ਆਪਾਂ ਇੱਕ
ਇਹ ਪੜ੍ਹਨਾ ਹੈ ਤਾਂ ਉਹੀ ਜਿਹੜਾ ਬਾਹਰ ਨੂੰ ਧੱਕਾ ਮਾਰਦਾ ਫੋਰਸ ਹੈ ਨਾ ਪੂਰਬੀ ਤੋਂ ਮਾਰਦਾ ਨਾ ਬਾਹਰ ਨੂੰ ਧੱਕਾ ਸਪੀਡ ਦੇ ਉੱਪਰ ਡਿਪੈਂਡ ਕਰਦਾ ਜੇ ਪਕੜ ਜ਼ਿਆਦਾ ਹੈ ਫਿਰ ਉਲਟਣ ਦੇ ਵੀ ਚਾਂਸ ਵੱਧ ਜਾਂਦੇ ਆ ਤਿਲਕਣਾ ਤਾਂ ਹੈ ਨਹੀਂ ਗੱਡੀ ਨੂੰ ਇਹ ਹੋ ਗਿਆ ਇਸ ਤੋਂ ਇਲਾਵਾ ਜੇ ਉਹ ਕੂਰਬਾ ਜਿਹੜਾ ਰੱਜੋ ਉਹਦਾ ਜੇ ਘੱਟ ਹੈ ਤਾਂ ਉਲਟਣ ਦੇ ਚਾਂਸ ਜ਼ਿਆਦਾ ਹੈ ਨਾ ਰੱਜੋ ਦਿਲ ਕੂਰਬਾ ਜੇ ਤਾਂ ਰੋਤਾ ਹੈ ਫਿਰ ਜ਼ਿਆਦਾ ਉਲਟਣੇ ਜੇ ਅੰਪੀਆ ਮਤਲਬ ਜ਼ਿਆਦਾ ਹੈ ਖੁੱਲ੍ਹਾ ਹੈ ਫਿਰ ਘੱਟ ਹੈ ਅੰਪੀਆ ਖੁੱਲ੍ਹਾ ਹੁੰਦਾ ਨਾ ਇਹ ਹੋ ਗਿਆ ਠੀਕ ਹੈ ਜੇ ਕੂਰਬਾ ਸਤਰੀਕਤਾ ਹੈ ਤਾਂ ਮਤਲਬ ਉਲਟਣ ਦੇ ਚਾਂਸ ਜ਼ਿਆਦਾ ਕੂਰਬਾ ਸਤਰੀਕਤਾ ਇਸ ਤੋਂ ਇਲਾਵਾ ਜਿੱਦਾਂ ਗੱਡੀਆਂ 'ਚ ਟਾਇਰ ਨਹੀਂ ਹੁੰਦੇ ਆਪਸ ਬਾਹਰ ਨੂੰ ਟਾਇਰ ਨਿਕਲੇ ਹੁੰਦੇ ਗੱਡੀਆਂ ਦੇ ਬਾਹਰ ਨੂੰ ਕੱਢ ਦਿੰਦੇ ਇੱਕ ਅੰਦਰ ਨੂੰ ਵੀ ਹੁੰਦੇ ਆ ਜਿੱਦਾਂ ਪਹਿਲਾਂ ਉਹ ਵੈਨ ਇੰਡੀਆ ਦੇ ਵੈਨ ਨਹੀਂ ਹੁੰਦੀ ਸੀ ਹਾਂ ਉਹਦੇ ਅੰਦਰ ਨੂੰ ਟਾਇਰ ਹੁੰਦੇ ਸੀ ਹੈ ਨਾ ਤਾਂ ਜਿਹੜੇ ਦੋਵਾਂ ਟਾਇਰਾਂ ਦੇ ਵਿਚਾਲ ਦੀ ਡਿਸਟੈਂਸ ਹੈ ਜੇ ਤਾਂ ਘੱਟ ਹੈ ਨਾ ਜੇ ਵਿਚਾਲ ਦੀ ਡਿਸਟੈਂਸ ਘੱਟ ਹੈ ਤਾਂ ਉਲਟਣ ਦੇ ਚਾਂਸ ਜ਼ਿਆਦਾ ਹੈ ਤਾਂ ਉਹਨੂੰ ਇਸ ਚੀਜ਼ ਨੂੰ ਪਤਾ ਕਹਿੰਦੇ ਕਰੇ ਜਾਤਾ ਲਾਰਗਾ ਜਾਂ ਕਰੇ ਜਾਤਾ ਸਤ੍ਰਿਪਤਾ ਕਹਿੰਦੀ ਵਿਹਾਰੀ ਦੁੱਤ ਹੈ ਕਰੇ ਜਾਤਾ ਸੜਕ ਹੁੰਦੀ ਪਰ ਇੱਥੇ ਇਹਨਾਂ ਨੂੰ ਕੀ ਕਹਾਂਗੇ ਜਿਹੜੇ ਟਾਇਰਾਂ ਦੇ ਵਿੱਚ ਵੀ ਡਿਸਟੈਂਸ ਹੈ ਉਹਨੂੰ ਵੀ ਕਰੇ ਜਾਤਾ ਕਹਿੰਦੇ ਕਹਿੰਦੇ ਜੇ ਤਾਂ ਉਹ ਘੱਟ ਹੈ ਦੋਨਾਂ ਦੇ ਵਿੱਚ ਡਿਸਟੈਂਸ ਫਿਰ ਉਲਟਣ ਦੇ ਚਾਂਸ ਜ਼ਿਆਦਾ ਛੇਤੀ ਉਲਟੂ ਗੱਡੀ ਜੇ ਕਰੇ ਜਾਤਾ ਲਾਰਗ ਹੋ ਯਾਨੀ ਕਿ ਟਾਇਰਾਂ ਦੇ ਡਿਸਟੈਂਸ ਦੋ ਦੂਰ ਹੈ ਫਿਰ ਉਲਟਣ ਦੇ ਚਾਂਸ ਘੱਟ ਹੈ ਸਹੀ ਹੈ ਉਹਨੂੰ ਪੜ੍ਹ ਲਾਂਗੇ ਜੇ ਕਾਰੀਕੋ ਜ਼ਿਆਦਾ ਅਲ ਤੋਂ ਲੱਦਿਆ ਹੋਇਆ ਚੰਗੀ ਤਰ੍ਹਾਂ ਨਹੀਂ ਬੰਨਿਆ ਹੋਇਆ ਫਿਰ ਵੀ ਉਲਟਣ ਦੇ ਚਾਂਸ ਆਇਆ ਕੁਆਂਦੋ ਇਲ ਵੀ ਕੋਲੋ ਤ੍ਰਿਕੋਰੇ ਉਹਨਾਂ ਕੂਰਬਾ ਕੂਰਬੇ 'ਚੋਂ ਲੰਘਦਾ ਹੈ ਇਹ ਅਸੁਜਿਤਾ ਤੋਂ ਲੰਘਣਾ ਪਊਗਾ ਉਹਨਾਂ ਫੋਰਸਾ ਕਿ ਟੈਂਦੇ ਜਿਹੜਾ ਰੱਖਦਾ ਹੈ ਪੁਸਤਾਰਲੋ ਵੇਰ ਸੋ ਐਸਟੈਰਨ ਸਹੀ ਹੈ ਨਾ ਗੱਲ ਦਿੰਦੇ ਬਾਹਰ ਨੂੰ ਧੱਕਾ ਮਾਰਦਾ ਜਿਹੜਾ ਵੇਰ ਸੋ ਐਸਟੈਰਨ ਪੁਸਤਾਰੇ ਕਰਦਾ ਉਹਦੇ ਤਾਕਤ ਦੇ ਵਿੱਚੋਂ ਲੰਘਣਾ ਬਹੁਤ ਹੁੰਦਾ ਹੁੰਦਾ ਹੀ ਨਾ ਇਹ ਇਹਨੂੰ ਫੋਰਸਾ ਚੈਂਟਰੀ ਫੂਕ ਕਹਿੰਦੇ ਜਦੋਂ ਵੀ ਕੋਲੋ ਕੁਰਬੇ 'ਚੋਂ ਜਾਂਦਾ ਹੈ ਤੁਹਾਨੂੰ ਲੰਘਣਾ ਪਊਗਾ ਇੱਕ ਤਾਕਤ ਜਿਹੜੀ ਬਾਹਰ ਨੂੰ ਧੱਕਾ ਮਾਰਦੀ ਹੈ ਫਿਰ ਕਹਿੰਦੇ ਵੀ ਕੋਲੋ ਪ੍ਰਕੋਰੇ ਮੈਂ ਕੂਰਬਾ ਲਾ ਵੈਲੋਚਿਤਾ ਐਚ ਸੀ ਵਾ ਹਾਈ ਸਪੀਡ ਉਹ ਪ੍ਰੋਵੋਕਾਰੇ ਪੈਦਾ ਕਰ ਸਕਦਾ ਹੈ ਸੰਬੰਧਾਂ ਮੈਂ ਤੋਂ ਡੋਲ ਸਕਦਾ ਕਹਿੰਦੋ ਵੀ ਕੋਲੋ ਪ੍ਰਕੋਰੇ ਮੈਂ ਕੂਰਬਾ ਲਾ ਵੈਲੋਚਿਤਾ ਐਚ ਸੀ ਵਾ ਹਾਈ ਸਪੀਡ ਉਹ ਪ੍ਰੋਵੋਕਾਰੇ ਰਿਬਾਲਤਾ ਮੈਂ ਤੋਂ ਉਲਟਣਾ ਸੰਬੰਧਾਂ ਮੈਂ ਤੋਂ ਡੋਲਣਾ ਰਿਬਾਲਤਾ ਮੈਂ ਤੋਂ ਉਲਟਣਾ ਕਹਿੰਦੋ ਵੀ ਕੋਲੋ ਪ੍ਰਕੋਰੇ ਮੈਂ ਕੂਰਬਾ ਇਹ ਅਸੁਜਿਤਾ ਤੋਂ ਲੰਘਣਾ ਪਊਗਾ ਉਹਨਾਂ ਫੋਰਸਾਂ ਕਿ ਤੈਂਦੇ ਸਪੁਸਤਾਰ ਲੋ ਜਿਹੜਾ ਸਪੁਸਤਾਰੇ ਕਰਦਾ ਤਿਲਕਣ ਤੋਂ ਬਚਣ ਵਾਸਤੇ ਗਲਤ ਕਹਿੰਦਾ ਨਾ ਸਾਰਾ ਸਪੀਡ ਘਟਾਉਣੀ ਹੈ ਕੰਦਰ ਵਿਗਲੋ ਪ੍ਰਕੋਰੇ ਨਾ ਕੂਰਬਾ ਸੀ ਦੇਵੇ ਓਮੈਨ ਤਾਰੇ ਲਾਗ ਲੋਚਤਾ ਫਿਰ ਸਪੀਡ ਵਧਾਉਣ ਫਿਰ ਵਿਤਾਰੇ ਲਵਾਲਤਾ ਮੈਂ ਇਲ ਰਿਬਾਲਤਾ ਮੈਂ ਤੋਂ ਇਨ ਕੂਰਬਾ ਦਿਲ ਵੀ ਕੋਲੋ ਉਲਟਣਾ ਕੂਰਬੇ ਦੇ ਵਿੱਚ ਗੱਡੀ ਦਾ ਇਹ ਫਾਵੋਰੀਤੋ ਮਦਦ ਮਿਲਦੀ ਹੈ ਉਲਟਣ 'ਚ ਮਦਦ ਮਿਲਦੀ ਫਾਵੋਰੀਤੋ ਦਾ ਕਾਰੀਕੋ ਪੋਸਤੋ ਇਨ ਅਲਤੋ ਸਮਾਨ ਜੋ ਉੱਪਰ ਲੱਗਿਆ ਉਲਟਣ 'ਚ ਮਦਦ ਮਿਲੂਗੀ ਨਾ ਰਿਬਾਲਤਾ ਮੈਂ ਕੂਰਬਾ ਦਿਲ ਵੀ ਕੋਲੋ ਇਹ ਫਾਵੋਰੀਤੋ ਦਲ ਕਾਰੀਕੋ ਨੋਨ ਸਟਾਬਿਲ ਮੈਂ ਤੇ ਫਿਕਸਾ ਤੋਂ ਸਹੀ ਤਰੀਕੇ ਨਾਲ ਫਿਕਸਾ ਤੋਂ ਨਹੀਂ ਕੀਤਾ ਫਿਕਸ ਨਹੀਂ ਕੀਤਾ ਬੰਨਿਆ ਨਹੀਂ ਤਾਂ ਮਦਦ ਮਿਲੂਗੀ ਨਾ ਕਾਰੀਕੋ ਸਹੀ ਨਹੀਂ ਤਰੀਕਾ ਰਿਬਾਲਤਾ ਮੈਂ ਤੁਹਾਨੂੰ ਕੂਰਬਾ ਦਿਲ ਵੀ ਕਰੋ ਇਹ ਫਾਵੋਰੀ ਤੋਂ ਮਦਦ ਮਿਲਦੀ ਹੈ ਉਹਨਾਂ ਰਿਦੋਤਾ ਦਿਸਤਾਂਸਾ ਫਰਾ ਰੋਤੇ ਦਿਲੋ ਸਤੇਸੋ ਆਸੇ ਰੋਤੇ ਟਾਇਰ ਸਤੇਸੋ ਆਸੇ ਇੱਕੋ ਧੁਰੇ ਦੇ ਟਾਇਰਾਂ ਦੇ ਵਿੱਚ ਰਿਦੋਤਾ ਦਿਸਤਾਂਸਾ ਘੱਟ ਡਿਸਟੈਂਸ ਤਾਂ ਬੈਕਟ ਵਿੱਚ ਹਮੇਸ਼ਾ ਸਤ੍ਰਿਕਤਾ ਲਿਖਣਾ ਹੈ ਨਾ
ਜਿਹੜਾ ਸਥਿਰਤਾ ਉੱਥੇ ਠੀਕ ਹੈ, ਜੇ ਲਰਗ ਹੈ ਚਾਹੇ ਪੂਰਵਾ ਲਰਗ ਹੋਵੇ ਘੱਟ ਹੋਊਗਾ, ਪੂਰਵਾ ਸਥਿਰਤਾ ਹੋਵੇ ਜ਼ਿਆਦਾ। ਉੱਦਾਂ ਹੀ ਜਿਹੜੀ ਡਿਸਟਾਂਸਾਂ ਕਰੀ ਜਾਂਦਾ ਸਥਿਰਤਾ ਉਦੋਂ ਦੀ ਚਾਂਸ ਹੈ, ਸਥਿਰਤ ਚ ਜ਼ਿਆਦਾ ਲਰਗ ਕਰਨਾ। ਚਿੱਤਰਾ ਜੀ ਬਣਿਆ ਸਵਾਲ, ਜਿਹੜੀ ਦੋਤਾ ਡਿਸਟਾਂਸਾਂ ਹੈ ਤਾਂ ਉਹ ਫਾਵਰਿਤ ਹੋਊਗਾ, ਸਹੀ ਹੈ ਨਾ। ਫਾਵਰਿਤ ਰਿਬਲਤਾ ਮੈਨ ਤੋਂ ਇਹਨੂੰ ਪੂਰਵਾ ਉਲਟਣਾ ਦਿਲ ਵਿਕਲ ਮਦਦ ਮਿਲਦੀ ਹੈ, ਉਹਨਾਂ ਰੱਜੋ ਦੀ ਕੂਰਵਾ ਤੂਰਾ ਫੀਕੋਲ ਐਂਗਲ ਛੋਟਾ ਹੈ, ਯਾਨੀ ਕਿ ਕੂਰਵਾ ਸਥਿਰਤਾ ਹੈ, ਰਾਈਟ ਕੂਰਵਾ ਤਾਂ ਉਲਟਣ 'ਚ ਮਦਦ ਮਿਲੂਗੀ ਨਾ, ਛੇਤੀ ਉਲਟ ਜਾਣਾ ਕਿਉਂਕਿ ਕੂਰਵਾ ਸਥਿਰਤਾ ਹੈ। ਭਾਈ ਫਾਵੋਰੀਤੋ ਮਦਦ ਮਿਲਣਾ, ਮਦਦ ਫੇਵਰ ਕਰਨਾ, ਰਿਬਲਤਾ ਮੈਨ ਤੋਂ ਕੂਰਵਾ ਦਿਲ ਵਿਕਲ ਫਾਵੋਰੀਤੋ ਮਦਦ ਮਿਲਦੀ ਹੈ। ਆਂਪੀਆ ਡਿਸਟੈਂਸਾ ਜ਼ਿਆਦਾ ਡਿਸਟੈਂਸ ਫਾਰ ਰੂਤ ਦਲ ਸਥਿਸ ਵਾਸੇ ਇੱਕੋ ਧੁਰੇ ਅਤੇ ਟੈਰਾਂ ਦੇ ਕਰੀ ਜਾਂ ਤਾਂ ਲਾਰਗਾ ਕਿਹਾ, ਯਾਨੀ ਕਿ ਟੈਰਾਂ ਦੇ ਵਿੱਚ ਦੀ ਦੂਰੀ ਜ਼ਿਆਦਾ ਹੈ, ਲਾਰਗਾ ਕਹਿੰਦਾ ਨਾ, ਅਤੇ ਜੇ ਟੈਰਾਂ ਜ਼ਿਆਦਾ ਦੂਰੀ ਫਿਰ ਥੋੜ੍ਹੀ ਉਲਟੂ, ਫਿਰ ਮਦਦ ਨਹੀਂ ਮਿਲਣੀ, ਫਿਰ ਉਲਟਣ 'ਚ ਲਾਰਗਾ 'ਚ ਨਹੀਂ ਮਿਲਣੀ, ਸਥਿਰਤਾ ਹੀ ਮਿਲਣੀ। ਆ ਦੋਨੋਂ 'ਚ ਸਥਿਰਤਾ ਸਥਿਰਤਾ ਵਰਡਾ ਹੈ ਨਾ, ਇਹ ਤਾਂ ਵੇਰ ਹੋਇਆ ਜਿੱਥੇ ਲਾਰਗਾ ਆ ਗਿਆ, ਲਾਰਗੇ ਥੋੜ੍ਹੀ ਹੋ। ਰਿਬਾਲਤਾ ਮੈਨ ਤੁਹਾਨੂੰ ਕੂਰਵਾ ਦਿਲ ਵੀ ਕਰੋ, ਇਹ ਫਾਵੋਰੀ ਤੋਂ ਮਦਦ ਮਿਲਦੀ ਹੈ। ਕਾਰੀਕੋ ਪੋਸਤੋ ਇਨ ਬਸੋ, ਨਹੀਂ ਕਾਰੀਕੋ ਪੋਸਤੋ ਇਨ ਅਲਤੋ, ਬਸੋ ਥੱਲੇ ਅਲਤੋ, ਬਸ ਉਹੀ ਕਰਨਾ ਆਪਾਂ, ਚਿੰਤਰ ਕਰਨੇ ਆ, ਆਸੋ ਦੇ ਉੱਪਰ ਕਰਨਾ ਹੈ, ਬਾਕੀ ਚਿੰਤਰ ਗੰਛੋ ਦੇ ਉੱਪਰ ਨਹੀਂ ਲੱਗਣਾ। ਰਿਬਲਤਾ ਮੈਨ ਤੁਹਾਨੂੰ ਕੂਰਵਾ ਦਿਲ ਵੀ ਕਰੋ, ਇਹ ਫਾਵੋਰੀ ਤੋਂ ਦਾਨਾ ਰੱਜੋ ਦਿਲਾ ਕੂਰਵਾ ਤੂਰਾ ਸਤਰਾ ਦਾ ਆਂਪੀਓ। ਆ ਦੇਖੋ ਲਾਰਗਾ ਲਾਰਗਾ ਫਾਲਸ ਹੈ, ਸਥਿਰਤਾ ਸਥਿਰਤਾ ਸਾਰਿਆਂ 'ਚ ਫੈਵਰੀ ਤੋਂ ਫੈਵਰੀ ਤੋਂ ਕਰੀਏ ਤਾਂ ਲਾਰਗਾ ਸੋਰੀ। ਫੋਰਸਾ ਰੀਬਲ ਦਾਂਤੇ ਉਲਟਣ ਦੀ ਪਾਵਰ ਇਨ ਕੂਰਵਾ ਵੱਧ ਜਾਂਦੀ ਹੈ, ਅਲ ਓਮੈਂਤਾਰੇ ਲਾ ਫਲੋਚਿਤਾ, ਸਪੀਡ ਵਧਾਉਣ ਨਾਲ ਉਲਟਣ ਵੱਧ ਜੂਗੀ ਨਾ। ਰਿਬਲਤਾ ਮੈਨ ਤੁਹਾਨੂੰ ਕੂਰਵਾ ਡੀਮਿਨਿਊਸ਼ੇ ਘੱਟ ਜਾਂਦੀ ਹੈ, ਸਪੀਡ ਵਧਾਉਣ ਨਾਲ ਵਧੂ।